2002 ਤੋਂ ਲੈ ਕੇ ਹੀ ਲੋਕ ਭਲਾਈ ਦੇ ਕੰਮ ਕਿਉਂ ਸ਼ੁਰੂ ਹੋਏ ਜਦ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਹੀ ਕਿਉਂ ਕੰਮ ਸ਼ੁਰੂ ਹੋਏ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਜੀ ਇਹ ਡੇਰੇ ਵਾਲਿਆਂ ਤੋਂ ਚਾਹੇ ਇਹ ਨੇ ਚਾਹੇ ਉਹ ਦੂਜੇ ਨੇ ਰਾਧਾ ਸਵਾਮੀ ਵਾਲੇ ਪੰਪ ਬਲਾਸਟ ਹੁੰਦਾ ਤਾਂ ਵੀ ਡੇਰੇ ਸੱਚੇ ਸੌਦੇ ਦਾ ਨਾਮ ਆਉਂਦਾ ਜੀ ਜੇ ਆਪਾਂ ਕਹਿੰਨੇ ਆ ਬੀੜ ਸਾਹਿਬ ਦੀ ਬੇਦਬੀ ਹੋਈ ਹੈ ਤੇ ਇਹ ਵੀ ਉਥੋਂ ਵੀ ਜੜਾਂ ਜੜੀਆਂ ਸਾਰਾ ਉਥੋਂ ਨਿਕਲਦੀਆਂ ਨੇ ਡੇਰੇ ਸੱਚੇ ਸੌਦੇ ਤੋਂ ਤੇ ਇਹ ਕੀ ਕਾਰਨ ਹੈ ਕੀ ਕਾਰਨ ਹੈ ਕਿ ਅਸੀਂ ਇਹੋ ਜੇ ਮਹਾਪਾਪੀ ਬੰਦਿਆਂ ਨਾਲ ਖੜ ਕੇ ਅਸੀਂ ਵੀ ਉਹਨਾਂ ਦੇ ਪਾਪ ਦੇ ਭਾਗੀਦਾਰੀ ਬਣਨ ਨੂੰ ਤਿਆਰ ਹੋ ਗਏ ਆਂ ਉਹ ਬੰਦਾ ਜਿਹੜਾ ਜੇਲ੍ਹ 'ਚ ਬੈਠਾ ਹੈ ਡੇਰੇ ਦਾ ਮੁਖੀ ਜਿਹੜਾ ਸੀਗਾ ਉਹ ਤਾਂ ਹੈ ਹੀ ਆਪਣੇ ਕਰਮਾਂ ਦੀ ਭੁਗਤ ਰਿਆ ਲੇਕਿਨ ਸਾਡੇ ਵਰਗੇ ਗਰਸਤ ਪਰਿਵਾਰ ਜਾਂ ਬਿੱਟੂ ਜੀ ਵਰਗੇ ਗਰਸਤ ਪਰਿਵਾਰ ਜਿਹੜੇ ਨੇ ਉਹ ਉਹਨਾਂ ਨੇ ਆਪਣੀ ਜੇਬੇਟ 'ਚ ਲਿਆਂਦੇ ਪੁੱਠੀ ਮੱਤ ਪੁੱਠੀ ਸਿਕਨ ਮੱਤ ਦੇਖ ਕੇ ਉਹਨਾਂ ਨੂੰ ਆਪਣੇ ਮਗਰ ਲਾ ਲਿਆ ਤੇ ਗਲਤ ਕੰਮ ਕਰਾਏ ਆਪਣੇ ਹੱਥਾਂ 'ਚੋਂ ਹਰ ਤਰ੍ਹਾਂ ਦਾ ਯੂਨਿਓਨ ਸ਼ੋਸ਼ਣ ਉੱਥੇ ਹੋਇਆ ਮਰਡਰ ਉੱਥੇ ਹੋਏ ਬੰਬ ਬਲਾਸਟ ਦੀਆਂ ਕਹਾਣੀਆਂ ਉੱਥੋਂ ਨਿਕਲਦੀਆਂ ਹਨ ਉੱਥੇ ਮਤਲਬ ਕਾਰਾਂ ਡਿਜ਼ਾਈਨ ਕੀਤੀ ਜਾਂਦੀ ਨੇ ਇਸ ਵਾਸਤੇ ਕਿ ਬੰਬ ਕਿਵੇਂ ਬਲਾਸਟ ਕਰਨਾ ਹੈ ਵਿੱਚ ਪ੍ਰੈਸ਼ਰ ਕੁੱਕਰ ਦੇ ਵਿੱਚ ਨਟ ਬੋਲਟ ਪਾਏ ਜਾਂਦੇ ਨੇ ਸਾਰਾ ਤਿਆਰੀ ਕੀਤੀ ਜਾਂਦੀ ਹੈ ਉਸ ਵਿੱਚ 6 ਬੱਚੇ ਮਰ ਗਏ 6 ਜਾਂ 7 ਬੱਚੇ ਉਹਦੇ ਵਿੱਚ ਮਰੇ ਸੀ ਉਸ ਬੰਬ ਬਲਾਸਟ ਦੇ ਵਿੱਚ ਬੰਬ ਕੀ ਦੇਖਣਾ ਜਾਂਦੇ ਮੇਰੀ ਤਾਂ ਸਰਕਾਰ ਨੂੰ ਵੀ ਗੁਜ਼ਾਰਿਸ਼ ਹੈ ਜੀ ਹੱਥ ਜੋੜ ਕੇ ਕਿ ਜਿੱਦਾਂ ਆਪਾਂ ਸਫਾਈ ਅਭਿਆਨ ਚ ਲਾਇਆ ਨਾ ਇਹ ਸਮਾਜਿਕ ਸਫਾਈ ਅਭਿਆਨ ਵਿੱਚ ਲਾਓ ਤੇ ਇਹਨਾਂ ਨੂੰ ਖਤਮ ਕਰੋ ਡੇਰਿਆਂ ਨੂੰ ਡੇਲੀਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਠਾਕੁਰ ਅਮਨਦੀਪ ਸਿੰਘ ਸਵਾਗਤ ਕਰਦਾ ਹਾਂ ਦੋਸਤੋ ਡੇਰਾ ਸੱਚਾ ਸੌਦਾ ਦਾ ਸਾਬਕਾ ਮੁਖੀ ਯਾਨੀ ਕਿ ਬਲਾਤਕਾਰੀ ਰਾਮ ਰਹੀਮ ਜੀਲ ਦੇ ਵਿੱਚ ਲੇਕਿਨ ਫਿਰ ਵੀ ਕਿਸੇ ਨਾ ਕਿਸੇ ਕਾਰਨ ਤੋਂ ਡੇਰਾ ਸੱਚਾ ਸੌਦਾ ਜੋ ਹੈ ਉਹ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਹੈ ਹਾਲ ਹੀ ਦੇ ਵਿੱਚ ਨਾਬਾ ਜੀਲ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਫਿਰ ਜੋ ਡੇਰੇ ਦੇ ਲੋਕ ਨਹੀਂ ਜੋ ਡੇਰੇ ਨੂੰ ਮੰਨਦੇ ਨਹੀਂ ਉਹ ਸੜਕਾਂ ਤੇ ਨਹੀਂ ਸਾਦੇ ਬਾਜ਼ੀ ਕੀਤੀ ਜਾ ਰਹੀ ਹੈ ਇਸ ਦੌਰਾਨ ਇੱਕ ਸ਼ਖਸ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਜੋ ਇੱਕ ਸੁਨੇਹਾ ਦੇਣਾ ਚਾਹੁੰਦਾ ਹੈ ਉਸ ਸ਼ਖਸ ਦੀ ਤੁਹਾਨੂੰ ਆ ਪਛਾਣ ਕਰਵਾਈ ਇੰਟਰੋਡਕਸ਼ਨ ਕਰਵਾਈਏ ਅਮਿਤ ਅਰੋੜਾ ਜੀ ਨੇ ਰਾਮ ਰਹੀਮ ਦਾ ਖਸਮ ਖਾਸ ਆਦਿੱਤਿਆ ਇਨਸਾਨ ਜੋ ਡਾਕਟਰ ਸੀ ਡਾਕਟਰ ਆਦਿੱਤਿਆ ਇਨਸਾ ਉਹਨਾਂ ਦੇ ਸਗੇ ਭਰਾ ਨੇ ਗੱਲਬਾਤ ਕਰਾਂਗੇ ਅਮਿਤ ਜੀ ਕੀ ਖਾਸ ਕਾਰਨ ਤੁਸੀਂ ਅੱਜ ਚਾਇਆ ਕੀ ਗੱਲਬਾਤ ਕੀਤੀ ਜਾਵੇ ਮੈਂ ਇੱਕ ਬਸ ਸੁਨੇਹਾ ਦੇਣਾ ਚਾਹੁੰਦਾ ਸੀ ਹੱਥ ਜੋੜ ਕੇ ਸਾਰਿਆਂ ਨੂੰ ਤੇ ਜਿਹੜੀ ਹੁਣ ਸਟੇਟ ਦੇ ਵਿੱਚ ਟੈਨਸ਼ਨ ਦੁਬਾਰਾ ਬਣ ਗਈ ਹੈਗੀ ਹੈ ਪੰਜਾਬ ਦੇ ਵਿੱਚ ਉਸ ਬਾਰੇ ਮੈਂ ਵੀ ਕਾਫੀ ਡੀਪਲੀ ਇਨਵੋਲਡ ਹੈਗਾ ਜਦੋਂ ਦਾ ਬ੍ਰਦਰ ਨਾਲ ਇਹ ਐਪੀਸੋਡ ਹੋਇਆ ਹੈ ਤੇ ਆ ਹਾਲ ਚਿਰ ਦੁਬਾਰਾ ਹੁਣ ਗੱਲਾਂ ਉੱਠੀਆਂ ਨੇ ਮੈਂ ਸਿਰਫ ਇੱਕ ਸੁਨੇਹਾ ਲੈ ਕੇ ਆਇਆ ਸੀਗਾ ਕਿ ਆਪਾਂ ਇੱਕ ਪਾਸਾ ਦੇਖ ਰਹੇ ਹਾਂ ਤੇ ਦੂਜਾ ਪਾਸਾ ਕਿਉਂ ਨਾ ਇੱਕ ਦੂਜਾ ਪਹਿਲੂ ਵੀ ਆਪਾਂ ਦੇਖੀਏ ਸਾਰੇ ਡੇਰੇ ਵਾਲੇ ਜਿਹੜੇ ਜੇਵੇ ਹੈਗੇ ਨੇ ਪ੍ਰੇਮੀ ਨੇ ਜਾਂ ਹੋਰ ਜਿਹੜੇ ਡੇਰੇ ਵਾਲਿਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਇੱਕੋ ਹੀ ਥੋੜਾ ਜਿਹਾ ਸੰਦੇਸ਼ ਹੈਗਾ ਛੋਟਾ ਜਿਹਾ ਕਿ ਆਪਾਂ ਦੂਜਾ ਪਹਿਲੂ ਦੇਖੀਏ ਕਿ ਸਾਡੇ ਜਿਹੜੇ ਐਕਚੁਅਲੀ ਗੁਰੂ ਸਾਹਿਬਾਨ ਸੀਗੇ ਜਿੱਦਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪਾਂ ਗੱਲ ਸ਼ੁਰੂ ਕਰਦੇ ਆਂ ਉਹਨਾਂ ਨੇ ਭ੍ਰਮਾਂ ਚੋਂ ਸਾਨੂੰ ਸਾਨੂੰ ਮੁਕਤੀ ਦਵਾਈ ਸਾਡੇ ਵਹਿਮ ਵਹਿਮ ਕੱਢੇ ਉਹਨਾਂ ਨੇ ਸਿੱਖਣ ਮਤ ਦਿੰਦੇ ਰਹੇ ਸਾਨੂੰ ਗੁਰਬਾਣੀ ਦਾ ਗਿਆਨ ਬਖਸ਼ਦੇ ਚਲੇ ਗਏ ਸਾਨੂੰ ਤੇ ਫਿਰ ਨਵੇਂ ਪਾਛਾਈ ਜਿਹੜੇ ਨੇ ਉਹਨਾਂ ਨੇ ਗੁਰਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਹਦਰ કહਾਇਆ ਗਿਆ ਕਿਉਂਕਿ ਉਹਨਾਂ ਨੇ ਸ਼ਹਾਦਤ ਵੀ ਕਬੂਲ ਕੀਤੀ ਉਸ ਤੋਂ ਪਹਿਲਾਂ ਯਤਨਾਵਾ ਵੀ ਕਬੂਲ ਕੀਤੀਆਂ ਸਿਰਫ ਸਾਡੇ ਪਿੱਛੇ ਕੀ ਕਾਰਨ ਹੈ ਕਿ ਸਾਡਾ ਧਿਆਨ ਉਧਰ ਨਹੀਂ ਜਾ ਰਿਹਾ ਕੀ ਅਸੀਂ ਸੋਚਣਾ ਨਹੀਂ ਚਾਹੁੰਦੇ ਜਾਂ ਅਸੀਂ ਜਾਣ ਬੁੱਝ ਕੇ ਮੇਵਕੂਫ ਬਣੇ ਹੋਇਆ ਦਸਮ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਪ ਪੂਰਾ ਪਰਿਵਾਰ ਉਹਨਾਂ ਨੇ ਆਪਣੇ ਸਿੱਖ ਤੇ ਸਭ ਕੁਝ ਸਾਡੇ ਤੇ ਕੁਰਬਾਨ ਕਰਤਾ ਕੌਮ ਤੇ ਤੇ ਅਸੀਂ ਇਹੋ ਜੇ ਬੰਦਿਆਂ ਦੇ ਪਿੱਛੇ ਭੱਜ ਰਹੇ ਹਾਂ ਜਿਨ੍ਹਾਂ ਦੀ ਆਪਣੀ ਹੀ ਤ੍ਰਿਪਤੀ ਨਹੀਂ ਹੋਈ ਜਿਹੜੇ ਕਿ ਦੁਨਿਆਵੀ ਚੀਜ਼ਾਂ ਦੇ ਪਿੱਛੇ ਭੱਜ ਰਹੇ ਨੇ ਇੰਪੋਰਟਡ ਗੱਡੀਆਂ ਗਨਮੈਨ ਜਿਨ੍ਹਾਂ ਦੀ ਜ਼ਮੀਨਾਂ ਦੀ ਹਵਸ ਨਹੀਂ ਪੂਰੀ ਹੋਈ ਹੈ ਚਾਹੇ ਉਹ ਕਿਸੇ ਵੀ ਕੀਮਤ ਤੇ ਉਹਨਾਂ ਨੇ ਹਾਸਲ ਕੀਤੀਆਂ ਹੋਣ ਤੇ ਮੈਂ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਵੀ ਤੁਸੀਂ ਸਾਰੇ ਸੋਚ ਕੇ ਦੇਖੋ ਜਿਹੜੀਆਂ ਜ਼ਮੀਨਾਂ ਤੇ ਤੁਸੀਂ ਇਕੱਠ ਮੇਲਾ ਕਰਦੇ ਹੋ ਜਿੱਥੇ ਸੰਗਤ ਤੁਹਾਡੀ ਲੱਗਦੀ ਹੈ ਉਹ ਜ਼ਮੀਨਾਂ ਜੇ ਤੁਹਾਨੂੰ ਪਤਾ ਹੈ ਤੁਸੀਂ ਉੱਥੋਂ ਸ਼ੁਰੂਆਤ ਕੀਤੀ ਉੱਥੋਂ ਜੜ ਦੀ ਜਿਹੜੀ ਹੈਗੀ ਹੈ ਉਹ ਪਾਪ ਦੀ ਜੜ ਹੈ ਉਹ ਜ਼ਮੀਨਾਂ ਹਥਿਆਈਆਂ ਗਈਆਂ ਨੇ ਇਹ ਗੱਲ ਪ੍ਰੂਫ ਹੋ ਚੁੱਕੀ ਐ ਉਹ ਤੱਕੇशाही ਕਿਸੇ ਦੇ ਮਤਲਬ ਉਹਨਾਂ ਨੇ ਡੰਗਰ ਛੱਡ ਦਿੱਤੇ ਤੇ ਕੋੜੀਆਂ ਦੇ ਭਾਅ ਉਹਨਾਂ ਨੇ ਜ਼ਮੀਨਾਂ ਲਿੱਤੀਆਂ ਨੇ ਇਹ ਕਿਤੇ ਕਿਤੇ ਉਹਨਾਂ ਨੇ ਹਗਣਾ ਮੋਤਣਾ ਸ਼ੁਰੂ ਕਰਤਾ ਉੱਥੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਲੋਕਾਂ ਨੂੰ ਤੇ ਇਹ ਗੱਲਾਂ ਸਿੱਧ ਹੋ ਚੁੱਕੀਆਂ ਨੇ ਸਾਰੀਆਂ ਪ੍ਰੂਫ ਹੋ ਚੁੱਕੀਆਂ ਨੇ ਇਨਕਮ ਟੈਕਸ ਵਾਲੇ ਹੁਣ ਉੱਥੇ ਜਿਹੜੇ ਨੇ ਉਹ ਰੇਟਸ ਵੀ ਕਰ ਰਹੇ ਨੇ ਬਿਨਾਮੀ ਜ਼ਮੀਨਾਂ ਨੂੰ ਲੈ ਕੇ ਸੁਰੰਗਾਂ ਵੀ ਨਿਕਲੇ ਆਈਆਂ ਸ਼ੋਸ਼ਣ ਦਾ ਮਾਮਲਾ 15 ਸਾਲ ਚੱਲਿਆ ਉਹ ਵੀ 사ਦਵੀਆਂ ਦਾ ਯੋਨ ਸ਼ੋਸ਼ਨ ਹੋਇਆ ਉਹ ਵੀ ਸਾਰੀਆਂ ਚੀਜ਼ਾਂ ਸਿੱਧ ਹੋ ਗਈਆਂ ਪਰ ਅਸੀਂ ਨਹੀਂ ਮੰਨਣਾ ਚਾਹੁੰਦੇ ਕੀ ਕਾਰਨ ਹੈ ਮੈਨੂੰ ਸਮਝ ਮੇਰੀ ਸਮਝ ਤੋਂ ਬਾਹਰ ਹੈ ਹਾਲਾਂਕਿ ਬੜੇ ਦੁੱਖ ਦੀ ਗੱਲ ਹੈ ਤੇ ਜਿਹੜੇ ਸਾਧੂਆਂ ਨੂੰ ਨਪਨਸਕ ਬਣਾਇਆ ਗਿਆ ਉਹ ਵੀ ਗੱਲ ਪ੍ਰੂਫ ਹੋ ਚੁੱਕੀ ਹੈ ਜਿਹੜੀ ਸੀਗੀ ਮਰਡਰਲ ਕੇਸ ਉਹ ਵੀ ਪ੍ਰੂਫ ਹੋ ਚੁੱਕੇ ਨੇ ਤੇ ਕੋਈ ਐਸਾ ਜੁਰਮ ਨਹੀਂ ਹੈ ਬੰਬ ਬਲਾਸਟ ਹੁੰਦਾ ਤਾਂ ਵੀ ਡੇਰੇ ਸੱਚੇ ਸੌਦੇ ਦਾ ਨਾਮ ਆਂਦਾ ਜੀ ਜੇ ਆਪਾਂ ਕਹਿੰਨੇ ਆ ਬੀੜ ਸਾਹਿਬ ਦੀ ਬੇਦਬੀ ਹੋਈ ਹੈ ਤੇ ਇਹ ਵੀ ਉਥੋਂ ਵੀ ਜੜਾਂ ਜੜੀਆਂ ਸਾਰਾ ਉਥੋਂ ਨਿਕਲਦੀਆਂ ਨੇ ਡੇਰੇ ਸੱਚੇ ਸੌਦੇ ਤੋਂ ਤੇ ਇਹ ਕੀ ਕਾਰਨ ਹੈ ਕੀ ਕਾਰਨ ਹੈ ਕਿ ਅਸੀਂ ਇਹੋ ਜਿਹੇ ਮਹਾਪਾਪੀ ਬੰਦਿਆਂ ਨਾਲ ਖੜ ਕੇ ਅਸੀਂ ਵੀ ਉਹਨਾਂ ਦੇ ਪਾਪ ਦੇ ਭਾਗੀਦਾਰੀ ਬਣਨ ਨੂੰ ਤਿਆਰ ਹੋ ਗਏ ਆ ਜਿਹੜਾ ਵੀ ਖੂਨ ਖਰਾਬਾ ਹੋ ਰਿਹਾ ਹੈ ਉਹਦੇ ਪਿੱਛੇ ਮੈਨੂੰ ਦੁੱਖ ਹੈ ਤੇ ਉਹਨਾਂ ਨਾਲ ਸਹਾਨੂੰ ਭੂਤੀ ਵੀ ਹੈਗੀ ਹੈ ਪਰ ਅਸੀਂ ਹਨੇਰਾ ਕਿਉਂ ਟੋਰੇ ਆ ਮੈਨੂੰ ਇਹ ਸਮਝ ਨਹੀਂ ਆ ਰਹੀ ਅਮੇ ਜੀ ਤੁਸੀਂ ਜਿਵੇਂ ਤੁਸੀਂ ਵੀ ਕਿਹਾ ਤੇ ਕਾਨੂੰਨ ਨੇ ਵੀ ਮੰਨਿਆ ਸਾਦੀਆਂ ਵਾਲੀ ਕੇਸ ਹੋਵੇ ਜਾਂ ਰਾਮਚੰਦ ਛਤਰਪਤੀ ਦੇ ਕਤਲ ਦਾ ਮਾਮਲਾ ਹੋਵੇ ਸਿੱਧ ਹੋਈ ਨਹੀਂ ਜ਼ਮੀਨਾਂ ਹੀ ਤੁਸੀਂ ਗੱਲ ਕਹੀ ਹੈ ਕਿ ਜ਼ਮੀਨਾਂ ਵੀ ਕਬਜ਼ਾਈਆਂ ਕਈਆਂ ਕਿਸੇ ਨਾ ਕਿਸੇ ਤਰੀਕੇ ਨਾਲ ਧੱਕੇ ਨਾਲ ਲਈਆਂ ਗਈਆਂ ਜਿਹੜੀ ਡੇਰੀ ਨੂੰ ਹਲੇ ਵੀ ਮੰਨ ਰਹੀ ਨਹੀਂ ਜੀ ਉਹਨੇ ਲੋਕਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਇਹੀ ਮੈਂ ਮੇਰੀ ਅੱਜ ਦੀ ਕੋਸ਼ਿਸ਼ ਇਹੀ ਰਹੇਗੀ ਜੇ ਇੱਕ ਬੰਦਾ ਵੀ ਜੇ ਕਿਤੇ ਮੇਰੇ ਸਮਝਾਉਣ ਨਾਲ ਜਾਂ ਮੇਰੇ ਇੱਕ ਅਪੀਲ ਕਰਨ ਨਾਲ ਮੰਨ ਜਾਂਦਾ ਤੇ ਮੈਂ ਸਮਝਾਂਗਾ ਮੇਰਾ ਜੀਵਨ ਸਫਲ ਹੋ ਗਿਆ ਮੈਂ ਇੱਕ ਗਰਸਤ ਪਰਿਵਾਰ ਦਾ ਹੈਗਾ ਅਸੀਂ ਦੋ ਹੀ ਭਰਾ ਸੀਗੇ ਕਹਿਣਾ ਨਹੀਂ ਚਾਹੀਦਾ ਸੀਗੇ ਮਤਲਬ ਹੈਗੇ ਆ ਤੇ ਕੋ ਸਾਡੀ ਕੋਈ ਭੈਣ ਵੀ ਨਹੀਂ ਤੇ ਅਸੀਂ ਦੋ ਹੀ ਭਰਾ ਹੈਗੇ ਆ ਮਾਪਿਓ ਦਾ ਹੁਣ ਸਾਆ ਸਾਡੇ ਸਿਰ ਤੇ ਨਹੀਂ ਹੈਗਾ ਲੇਕਿਨ ਮੇਰਾ ਭਰਾ ਤਕਰੀਬਨ 2 ਸਾਲ ਤੋਂ ਲਾਪਤਾ ਹੈ ਤੇ ਇਹ ਚੀਜ਼ ਸਾਡੀ ਜਿਹੜੀ ਕੈਰਡੋਲੋਜੀਕਲ ਡਿਫਰੈਂਸ ਸੀਗੇ ਉਦੋਂ ਵੀ ਖੜੇ ਸੀ ਅੱਜ ਵੀ ਸ਼ਾਇਦ ਖੜੇ ਨੇ ਜੇ ਮੈਨੂੰ ਪਤਾ ਨਹੀਂ ਉਹਨਾਂ ਦਾ ਸਟੇਟ ਆਫ ਮਾਈਂਡ ਕਿੱਦਾਂ ਦਾ ਹੈ ਅੱਜ ਲੇਕਿਨ ਮੈਂ ਉਹਨਾਂ ਤੋਂ ਵੀ ਅੱਜ ਜੇ ਡਾਕਟਰ ਦੇ ਦਿੱਤੇ ਵੀ ਹੋਂਦੇ ਮੇਰੇ ਸਾਹਮਣੇ ਆਇਆ ਉਹਨਾਂ ਤੋਂ ਵੀ ਸਵਾਲ ਪੁੱਛਣਾ ਚਾਹੁੰਦਾ ਆ ਇਹ ਵਾਲੇ ਜਿਹੜੇ ਕਿ ਮੇਰੇ ਮਾਤਾ ਜੀ ਹਮੇਸ਼ਾ ਮੈਨੂੰ ਰੋਕਦੇ ਸੀਗੇ ਫਿਕ ਨਾ ਬਹਿ ਤੇ ਮੈਂ ਸੋਚਦਾ ਕਿ ਇਹ ਜਜ਼ਬਾਤ ਹੀ ਨੇ ਜਿਹੜੇ ਸਾਨੂੰ ਅੰਨ੍ਹਾ ਬਣਾਉਂਦੇ ਨੇ ਜਿਹੜੇ ਸਾਨੂੰ ਦੇਖਣ ਤੋਂ ਮਨਾ ਕਰਦੇ ਨੇ ਸੱਚਾਈ ਵੱਲ ਵੇਖਣ ਤੋਂ ਮਨਾ ਕਰਦੇ ਨੇ ਜਦ ਕਿ ਆਪਾਂ ਕਿਸੇ ਵੀ ਧਰਮ ਦੀ ਗੱਲ ਕਰੀਏ ਕੋਈ ਵੀ ਇਦਾਂ ਨਹੀਂ ਪ੍ਰਚਾਰ ਕਰ ਸਕਦਾ ਜਾਂ ਹੋ ਕਿਸੇ ਦਾ ਅੱਜ ਤੱਕ ਹੋਇਆ ਵੀ ਸੱਚਾਈ ਤੁਸੀਂ ਨਾ ਵੇਖੋ ਸੱਚਾਈ ਨੂੰ ਨਾ ਕਬੂਲ ਕਰੋ ਜਾਂ ਤੁਸੀਂ ਐਹਸਾਨ ਫਰਮ ਹੋਸ਼ ਹੋ ਕੇ ਜਿਉਓ ਤੇ ਐਹਸਾਨ ਫਰਮ ਹੋਸ਼ ਹੋ ਕੇ ਮਰ ਜਾਓ ਮੈਂ ਸਿੱਖਾਂ ਦਾ ਸਿੱਖ ਗੁਰੂਆਂ ਦਾ ਬਹੁਤ ਹੀ ਜ਼ਿਆਦਾ ਭਾਰੀਆਂ ਸਾਡੀ ਕੌਮ ਨੂੰ ਸਾਰਿਆਂ ਨੂੰ ਉਹਨਾਂ ਨੇ ਬਚਾਇਆ ਹੈ ਤਸੰਬਿਤਾ ਜੀ ਨੇ ਸਾਨੂੰ ਸਿਖਾਇਆ ਕਿ ਕਿਵੇਂ ਆਪਣਾ ਬਚਾਅ ਕਰਨਾ ਹੈਗਾ ਤੇ ਕਿਸੇ ਕਾਰਨ ਵਾਸਤੇ ਉਹਨਾਂ ਨੇ ਕੀਤਾ ਕਿਸੇ ਨੂੰ ਕੋਈ ਲੋੜ ਨਹੀਂ ਹੁੰਦੀ ਉਹ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਸਾਨੂੰ ਸਾਰਿਆਂ ਨੂੰ ਪਾਸਾ ਮਾਰ ਕੇ ਲੰਘ ਸਕਦੇ ਸੀ ਆਪਣਾ ਪਰਿਵਾਰ ਬਚਾ ਸਕਦੇ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਇੱਕ ਉਹ ਸੋਚ ਸਿਰਫ ਇੱਕ ਸੋਚ ਕਿ ਮਤਲਬ ਮੈਂ ਪੂਰੇ ਨੂੰ ਸਾਰਿਆਂ ਨੂੰ ਕੌਮ ਨੂੰ ਬਚਾਉਣਾ ਹੈ ਉਹ ساری ਉਮਰ ਕੋੜੇ ਦੀ ਪਿੱਠ ਤੇ ਲੜਦੇ ਰਹੇ ਲੇਕਿਨ ਅਸੀਂ ਇਹ ਜੇ ਆਸਾਨ ਫਰਮੋਸ਼ ਅਸੀਂ ਹੈਗੇ ਆ ਅਸੀਂ ਮਤਲਬ ਇਸ ਚੀਜ਼ ਨੂੰ ਕਬੂਲ ਨਹੀਂ ਚਾਹੁੰਦੇ ਗੁਰੇਜ਼ ਨਹੀਂ ਇਹ ਗੁਰੇਜ਼ ਕਰਦੇ ਆ ਇਸ ਗੱਲ ਨੂੰ ਮੰਨਣ ਤੋਂ ਤੇ ਮੈਂ ਮਰਨ ਤੋਂ ਪਹਿਲਾਂ ਇਹ ਕਬੂਲ ਕਰਕੇ ਮਰਨਾ ਚਾਹੁੰਦਾ ਚੰਗੀ ਤਰ੍ਹਾਂ ਕਿ ਮੈਂ ਕਿਸੇ ਦੇ ਐਸਾਨ ਨੂੰ ਮਤਲਬ ਪੂਰਾ ਮੰਨ ਕੇ ਮਰਨਾ ਚਾਹੁੰਦਾ ਜੀ ਮੈਂ ਐਸਾਨ ਫਰਮੋਸ਼ ਹੋ ਕੇ ਨਹੀਂ ਮਰਨਾ ਚਾਹੁੰਦਾ ਆਹੀ ਮੇਰੀ ਮੇਰੀ ਸੋਚ ਨਹੀਂ ਹੈਗੀ ਜੀ ਇੱਕ ਇੱਕ ਹੋਰ ਗੱਲ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਨਾਬਾ ਜੇਲ ਦੇ ਵਿੱਚ ਪੋਸਟਮਾਰਟਮ ਹੋਇਆ লাশ ਪਰਿਵਾਰ ਨੂੰ ਦਿੱਤੀ ਗਈ ਅੰਤਮ ਸੰਸਕਾਰ ਨਹੀਂ ਕਰਨਾ ਚਾਹੁੰਦੇ ਉਹ ਉਹ ਹੁਣ ਸ਼ਰਤਾਂ ਉਹਨਾਂ ਨੇ ਸਾਹਮਣੇ ਰੱਖੀਆਂ ਨਹੀਂ ਕੀ ਹੈ ਠੀਕ ਹੈ ਦੇਖੋ ਜਿੱਥੋਂ ਦਾ ਗੱਲ ਹੈ ਕਿ ਸੌਦੇਬਾਜੀ ਦੀ ਇਹ ਤਾਂ ਸ਼ੁਰੂ ਤੋਂ ਕਰ ਰਹੇ ਸੀਗੇ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਮੈਂ ਜਿੱਥੋਂ ਤੱਕ ਗੁਰੂ ਸਾਹਿਬਾਨ ਦੀ ਗੱਲ ਕੀਤੀ ਹੈ ਸਾਰੇ ਦਸਵੇਂ ਦਸਵੇਂ ਗੁਰੂ ਤੱਕ ਦੀ ਮੈਂ ਗੱਲ ਜਿਹੜੀ ਮੈਨੂੰ ਸਮਝ ਆਈਏ ਮੈਂ ਹਾਲਾਂਕਿ ਕੋਈ ਮੈਂ ਕੋਈ ਨਾ ਹੀ ਮੈਂ ਕੋਈ ਇੰਟੈਲੈਕਚੁਅਲ ਹੈਗਾ ਨਾ ਹੀ ਮੈਂ ਕੋਈ ਧਾਰਮਿਕ ਪ੍ਰਚਾਰਕ ਹੈਗਾ ਲੇਕਿਨ ਮੈਨੂੰ ਜਿਹੜੀ ਗੱਲ ਸਮਝ ਆ ਰਹੀ ਹੈ ਉਹ ਇਹ ਹੈ ਕਿ ਇੱਕ ਪਾਸੇ ਹਵਸ ਭੱਜਣ ਵਾਲੇ ਲੋਕ ਇੱਕ ਪਾਸੇ ਅਸੀਂ ਉਹਨਾਂ ਦੀ ਤੁਲਨਾ ਕਿੱਥੇ ਕਰ ਰਹੇ ਹਾਂ ਸਾਡੀ ਹਿਮਾਕਤ ਦੇਖੋ ਕਿੰਨੀ ਅਸੀਂ ਸਾਡੀ ਹੈਗੀ ਹੈ ਤੇ ਅਸੀਂ ਉਸ ਤੋਂ ਬਾਵਜੂਦ ਵੀ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਪਰਿਵਾਰ ਹੁਣੇ ਇਹ ਵੀ ਗਰਸਤ ਨੇ ਜਿਹੜੇ ਬਿੱਟੂ ਜੀ ਵਰਾਂ ਦੇ ਜਿਹੜਾ ਪਰਿਵਾਰ ਹੈ ਉਹ ਵੀ ਗਰਸਤ ਹੈ ਇੱਕ ਤਰ੍ਹਾਂ ਕਿਉਂਕਿ ਉਹਨਾਂ ਦੇ ਹੱਥ ਚੋਂ ਇਹ ਸੋਚਣ ਦੀ ਗੱਲ ਹੈ ਕਿ ਕਿੰਨਾ ਵੱਡਾ ਮਹਾਪਾਪ ਕਰਾਇਆ ਉਹ ਬੰਦਾ ਜਿਹੜਾ ਜੇਲ੍ਹ 'ਚ ਬੈਠਾ ਹੈ ਡੇਰੇ ਦਾ ਮੁਖੀ ਜਿਹੜਾ ਸੀਗਾ ਉਹ ਤਾਂ ਹੈ ਹੀ ਆਪਣੇ ਕਰਮਾਂ ਦੀ ਭੁਗਤ ਰਿਹਾ ਹੈ ਲੇਕਿਨ ਸਾਡੇ ਵਰਗੇ ਗਰਸਤ ਪਰਿਵਾਰ ਜਾਂ ਬਿੱਟੂ ਜੀ ਵਰਗੇ ਗਰਸਤ ਪਰਿਵਾਰ ਜਿਹੜੇ ਨੇ ਉਹ ਉਹਨਾਂ ਨੇ ਆਪਣੀ ਚਪ ਪੁੱਠੀ ਮੱਤ ਪੁੱਠੀ ਸਿਕਨ ਮੱਤ ਦੇ ਕੇ ਉਹਨਾਂ ਨੂੰ ਆਪਣੇ ਮਗਰ ਲਾ ਲਿਆ ਤੇ ਗਲਤ ਕੰਮ ਕਰਾਏ ਆਪਣੇ ਹੱਥਾਂ ਚੋਂ ਤੇ ਇੱਕ ਤਰ੍ਹਾਂ ਦੀ ਤਰਸਦੀ ਹੈ ਜੀ ਇਹ ਤੇ ਸਾਰੇ ਭੂਗਤਰੇ ਨੇ ਤੇ ਇੱਕ ਹਨੇਰਾ ਢੋਰੇ ਨੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਜਣੇ ਇਸ ਗੱਲ ਨੂੰ ਸਮਝੋ ਕਿ ਜਿਹੜੀਆਂ ਜ਼ਮੀਨਾਂ ਕਬਜ਼ਾਈਆਂ ਗਈਆਂ ਨੇ ਜਿਹੜੇ ਉਥੇ ਮਤਲਬ ਮੈਂ ਤਾਂ ਇੱਥੇ ਤਾਂ ਕਵਾਂਗਾ ਤੁਹਾਨੂੰ ਕਿ ਮਤਲਬ ਕਾਲੀ ਗੋਲੀ ਦਾ ਜ਼ਿਕਰ ਹੁੰਦਾ ਸੀਗਾ ਹਾਲਾਂਕਿ ਉਹ ਪ੍ਰੂਵ ਨਹੀਂ ਹੋਇਆ ਮੈਨੂੰ ਆਪਣੇ ਵੱਲੋਂ ਹੀ ਮਤਲਬ ਅੰਦਰੋਂ ਫੀਲਿੰਗ ਆਉਂਦੀ ਹੈ ਕਿ ਰਾਜਸਥਾਨ ਚ ਵੀ ਜ਼ਮੀਨਾਂ ਸਿਗੀਆਂ ਇਹਨਾਂ ਦੀ ਡੈਫੀਨਿਟਲੀ ਅਫੀਮ ਦਾ ਕੰਮ ਵੀ ਹੁੰਦਾ ਹੋਏ ਹਰ ਤਰ੍ਹਾਂ ਦਾ ਯੋਨ ਸ਼ੋਸ਼ਣ ਉੱਥੇ ਹੋਇਆ ਮਰਡਰ ਉੱਥੇ ਹੋਏ ਬੰਬ ਬਲਾਸਟ ਦੀਆਂ ਕਹਾਣੀਆਂ ਉੱਥੋਂ ਨਿਕਲਦੀਆਂ ਹਨ ਉੱਥੇ ਮਤਲਬ ਕਾਰਾਂ ਡਿਜ਼ਾਈਨ ਕੀਤੀ ਜਾਂਦੀ ਨੇ ਇਸ ਵਾਸਤੇ ਕਿ ਬੰਬ ਕਿਵੇਂ ਬਲਾਸਟ ਕਰਨਾ ਹੈ ਵਿੱਚ ਪ੍ਰੈਸ਼ਰ ਕੁੱਕਰ ਦੇ ਵਿੱਚ ਨਟ ਬੋਲਟ ਪਾਏ ਜਾਂਦੇ ਨੇ ਸਾਰਾ ਤਿਆਰੀ ਕੀਤੀ ਜਾਂਦੀ ਹੈ ਉਸ 'ਚ 6 ਬੱਚੇ ਮਰ ਗਏ 6 ਜਾਂ 7 ਬੱਚੇ ਉਹਦੇ 'ਚ ਮਰੇ ਸੀ ਉਸ ਬੰਬ ਬਲਾਸਟ ਦੇ ਵਿੱਚ ਤੇ ਹੋਰ ਆਪਾਂ ਕੀ ਦੇਖਣਾ ਜਾਂਦੇ ਮੇਰੀ ਤਾਂ ਸਰਕਾਰ ਨੂੰ ਵੀ ਗੁਜ਼ਾਰਿਸ਼ ਹੈ ਜੀ ਹੱਥ ਜੋੜ ਕੇ ਕਿ ਜਿੱਦਾਂ ਆਪਾਂ ਸਫਾਈ ਅਭਿਆਨ ਚਲਾਇਆ ਨਾ ਇਸ ਸਮਾਜਿਕ ਸਫਾਈ ਅਭਿਆਨ ਵਿੱਚ ਲਾਓ ਤੇ ਇਹਨਾਂ ਨੂੰ ਖਤਮ ਕਰੋ ਡੇਰਿਆਂ ਨੂੰ ਹੋਰ ਕੀ ਦੇਖਣਾ ਬੱਕੀ ਰਹਿ ਗੱਲਬਾਤ ਵੀ ਉੱਥੋਂ ਹੀ ਸ਼ੁਰੂ ਹੋਈ ਹੈ ਸ਼ੁਰੂ ਤੋਂ ਹੀ ਸਰਕਾਰਾਂ ਨਾਲ ਸਰਕਾਰਾਂ ਨਾਲ ਪਾਰਟੀਆਂ ਨਾਲ ਅਟੀਆਂ-ਸੱਟੀਆਂ ਲਾਉਂਦੇ ਰਹੇ ਜਦਕਿ ਗੁਰੂਆਂ ਦਾ ਇਹ ਗੁਰੂ ਘਰਾਂ ਦਾ ਇਹੋ ਜਿਹੀਆਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ। ਹੋ ਇਹ ਇਦਾਂ ਹੋ ਸਕਦਾ ਹੈ ਕਿ ਇਸ ਗੱਲ 'ਚ ਪਾਸਿਬਿਲਿਟੀ ਹੈ ਕਿ ਜਿਹੜੀ ਹੁਣ ਸੌਦੇਬਾਜ਼ੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਸੁਨਾਰੀਆ ਜੀਲ ਤਤੂਰੀ ਹੋਵੇ। ਕੋਈ ਸੁਨੇਹਾ ਰਾਮ ਰਹੀਮ ਵੱਲੋਂ ਕੱ ਲਿਆ ਗਿਆ ਹੋਵੇ ਕਿ ਹੁਣ ਸੌਦੇਬਾਜ਼ੀ ਕਰੋ। ਜੀ ਕੋਈ ਪਤਾ ਨਹੀਂ ਚੱਲਦਾ ਕੌਣ ਕਿਸ ਤਰ੍ਹਾਂ ਪੋਜੀਸ਼ਨ ਐਕਸਪਲੋਇਟ ਕਰਦੇ ਨੇ ਇਹ ਦੇਖੋ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਅਟੀਆਂ-ਸੱਟੀਆਂ ਤਾਂ ਹੈ ਹੁੰਦੀਆਂ ਨੇ ਹਮੇਸ਼ਾ ਪਿੱਛੇ ਹੁੰਦੀਆਂ ਨੇ ਨਹੀਂ ਤੇ ਇੱਕ ਗੁਰੂ ਨੂੰ ਜਾਂ ਗੁਰੂ ਘਰ ਨੂੰ ਇਹ ਜਿਹੜਾ ਵੀ ਸਾਡੀ ਇੱਕ ਪੋਲਿਟਿਕਲ ਵਿੰਗ ਹੈ ਵੀ ਉੱਥੇ ਤੁਸੀਂ ਵੋਟ ਦਿਓ ਚਾਹੇ ਨਾ ਦਿਓ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਪਰ ਸਾਡੀਆਂ ਅੱਖਾਂ ਨਹੀਂ ਖੋਲ ਰਹੀਆਂ ਪਤਾ ਨਹੀਂ ਕਿਉਂ ਸਾਡੇ ਲੋਕਾਂ ਦੀਆਂ ਤੇ ਸਾਡੀ ਸੋਸਾਇਟੀ ਦਾ ਵੀ ਵਾਜਨ ਹੋ ਗਿਆ ਇਹ ਬੜੀ ਦੁੱਖ ਦੀ ਗੱਲ ਹੈ ਲੇਕਿਨ ਇਹ ਸੌਦੇਬਾਜ਼ੀ ਜਿਹੜੀ ਹੈਗੀ ਹੈ ਇਹ ਹੋ ਸਕਦਾ ਉੱਥੋਂ ਚੁੱਲੀ ਹੋਵੇ ਇਹ ਪੂਰਾ ਪਲੈਨਿੰਗ ਤੇ ਡਿਸਕਸ਼ਨ ਨਾਲ ਹੀ ਕੰਮ ਚੱਲਦਾ ਜੀ ਸਾਰਾ ਜਿਹੜੀ ਜ਼ਮੀਨ ਹਥਿਆਨ ਵਾਲਾ ਕੰਮ ਵੀ ਸੀਗਾ ਉਹਦੇ ਉੱਪਰ ਇੱਕ ਕਿਤਾਬ ਵੀ ਲਿਖੀ ਗਈ ਹੈ ਸ ਤੇ ਉਹਦੇ ਚ ਜਿਹੜੇ ਅਲੱਗ-ਅਲੱਗ ਤਰੀਕੇ ਅਪਣਾਏ ਗਏ ਨੇ ਉਹ ਵੀ ਪੂਰੇ ਮਤਲਬ ਲਿਖੇ ਗਏ ਨੇ ਉਹਦੇ ਚ ਕਿਹੜੇ-ਕਿਹੜੇ ਤਰੀਕੇ ਸੀਗੇ 6-7 ਤਰੀਕੇ ਜਿਹੜੇ ਨੇ ਪੂਰੇ ਵੇਰਵਾ ਉਹਦਾ ਦਿੱਤਾ ਗਿਆ ਜੀ ਕਿਵੇਂ-ਕਿਵੇਂ ਹੁੰਦਾ ਸੀ ਕੰਮ ਤੇ ਹੁਣ ਮਤਲਬ ਮੈਂ ਤਾਂ ਇਹ ਸੋਚਦਾ ਵੀ ਦੇਖਣਾ ਸੁਣਨਾ ਬਾਕੀ ਕੀ ਰਹਿ ਗਿਆ ਹਲੇ ਵੀ ਲੋਕੀ ਛਾਤੀ ਠੋਕ ਕੇ ਕਹਿ ਰਹੇ ਆ ਸਾਨੂੰ ਕੋਈ ਫਰਕ ਨਹੀਂ ਪੰਦਾ ਜੀ ਅਸੀਂ ਤਾਂ ਉੱਥੇ ਹੀ ਮੰਨਨਾਂਗੇ ਜੀ ਤੁਹਾਡੇ ਦੇਖੋ ਜਿੱਥੋਂ ਤੱਕ ਮੈਂ ਸੋਚਦਾਂਗਾ ਤੁਸੀਂ ਆਪਣੇ ਫੇਥ ਤੇ ਕਾਇਮ ਰਹੋ ਕੋਈ ਗੱਲ ਨਹੀਂ ਲੇਕਿਨ ਦੂਜਿਆਂ ਦੀ ਬੇਕਦਰੀਦ ਕਰਨ ਤੇ ਤੁਸੀਂ ਆਂਦੇ ਹੋ ਤੇ ਫਿਰ ਤੁਸੀਂ ਤੁਸੀਂ ਮਤਲਬ ਕੋਈ ਨਾ ਕੋਈ ਦੇਖੋ ਪ੍ਰਾਈ ਤੇ ਮੈਂ ਸਿਰਫ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਰਿਪਰਕਸ਼ਨਸ ਤਾਂ ਹੁੰਦੀਆਂ ਹੁੰਦੀਆਂ ਨੇ ਇਦਾਂ ਦੇ ਤੇ ਚੀਜ਼ਾਂ ਹੋਣਗੀਆਂ ਇਦਾਂ ਦੇ ਵਾਰਦਾਤਾਂ ਹੋਣਗੀਆਂ ਕਿਉਂਕਿ ਜਦ ਜਦ ਸਾਡੇ ਨਾਲ ਹੁੰਦੀ ਹੈ ਅਸੀਂ ਵੀ ਤਾਂ ਰੋਂਦੇ ਹਾਂ ਜਦ ਫਿਰ ਦੂਜੇ ਕਰਦੇ ਆ ਤਾਂ ਸਾਨੂੰ ਠੇਸ ਲੱਗਦੀ ਹੈ ਇਦਾਂ ਹੀ ਇੱਕ ਜਿਨ੍ਹਾਂ ਨੂੰ ਦੁਨੀਆ ਮੰਦੀ ਹੈ ਉਹ ਦੁਨੀਆ ਇਸ ਕਰਕੇ ਨਹੀਂ ਮੰਦੀ ਕਿ ਉਹਨਾਂ ਨੇ ਆਪਣੇ ਕੰਧਾਂ ਤੇ ਲਗਾਇਆ ਹੋਇਆ ਹੈ ਕਿ ਬਈ ਅਸੀਂ ਐਨ ਐਨ ਐ ਵਾਰਲਡ ਰਿਕਾਰਡ ਬਣਾਏ ਅਸੀਂ ਬਲੱਡ ਬੈਂਕ ਤੇ ਅਸੀਂ ਐਨ ਐਨ ਐ ਬਲੱਡ ਡੋਨੇਸ਼ਨ ਕੀਤੇ ਰਿਕਾਰਡ ਬਣਾਉਣ ਵਾਸਤੇ ਉਹਨਾਂ ਨੇ ਕੁਝ ਨਹੀਂ ਕੀਤਾ ਆਪਣੇ ਪਰਿਵਾਰ ਬਾਰੇ ਸੇ ਰਿਕਾਰਡ ਬਣਾਉਣ ਵਾਸਤੇ ਨਹੀਂ ਮਾਰੇ ਸੀ ਮਾਫ ਕਰਨਾ ਜੀ 2002 ਤੋਂ ਲੈ ਕੇ ਹੀ ਲੋਕ ਭਲਾਈ ਦੇ ਕੰਮ ਕਿਉਂ ਸ਼ੁਰੂ ਹੋਏ ਜਦ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਹੀ ਕਿਉਂ ਕੰਮ ਸ਼ੁਰੂ ਹੋਏ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਜੀ ਇਹ ਡੇਰੇ ਵਾਲਿਆਂ ਤੋਂ ਚਾਹੇ ਇਹ ਨੇ ਚਾਹੇ ਉਹ ਦੂਜੇ ਨੇ ਰਾਧਾ ਸਵਾਮੀ ਵਾਲੇ ਉਹਨਾਂ ਤੇ ਵੀ ਜਿਹੜੇ ਇਲਜ਼ਾਮ ਨੇ ਸਿੱਧ ਹੋਏ ਨੇ ਬੰਦੇ ਸਾਹਮਣੇ ਅਮਨਦੀਪ ਜੀ ਤੁਸੀਂ ਸਟੋਰੀ ਕਵਰ ਕੀਤੀ ਸੀ ਇੱਕ ਤੇ ਇਹ ਜਿਹੜੀ ਭੁੱਖ ਹੈਗੀ ਹੈ ਇਹ ਦਿਖਾਉਂਦੀ ਹੈ ਕਿੰਨੇ ਖੋਖਲੇ ਕਿੰਨੇ ਅੰਦਰੋਂ ਨੰਗੇ ਤੇ ਕਿੰਨੇ ਮਤਲਬ ਇਹ ਹਵਸ ਦੇ ਪੁਜਾਰੀ ਸ਼ਿਕਾਰੀ ਨੇ ਤੇ ਤੁਸੀਂ ਦੇਖੋਗੇ ਇਹ ਬੰਦਿਆਂ ਇਹ ਕਾਮਯਾਬ ਹੋ ਰਹੇ ਨੇ ਸਾਨੂੰ ਬੇਵਕੂਫ ਬਣਾਉਣ ਚ ਤੇ ਸਾਡੀ ਕੀ ਸਿਆਣਾਪੇ ਹਨੇਰਾ ਢੋਣ ਚ ਅਸੀਂ ਕਿਉਂ ਨਹੀਂ ਇਹਨਾਂ ਨੂੰ ਤਿਆਗ ਦਿੰਦੇ ਤੇ ਇਹਨਾਂ ਨੂੰ ਸਮਝਾਉਂ ਦਿੰਦੇ ਵੀ ਅਸੀਂ ਤੁਹਾਡੇ ਚੱਕਰਾਂ ਚ ਨਹੀਂ ਪੈਣ ਵਾਲੇ ਸਾਨੂੰ ਗੁਰੂ ਪੀਰ ਸਾਨੂੰ ਮਿਲੇ ਹੋਏ ਨੇ ਸਾਨੂੰ ਪਤਾ ਹੈ ਕੋਣ ਗੁਰੂ ਗੁਰੂਆਂ ਦੀ ਨਿਸ਼ਾਨੀ ਕੀ ਹੁੰਦੀ ਹੈ ਗੁਰਬਾਣੀ ਚ ਵੀ ਲਿਖਿਆ ਹੈ ਗੁਰੂ ਸੋਧ ਕੇ ਧਾਰੋ ਤੇ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਤੇ ਸਚਾਈ ਤੇ ਜਿਹੜੀ ਅਸਲ ਚੀਜ਼ ਹੈ ਉਹਨੂੰ ਪਰਖੋ ਦੇਖੋ ਹਨੇਰਾ ਨਾਟ ਹੋ ਜੀ ਤੇ ਕੱਚ ਵਿੱਚ ਤੇ ਹੀਰੇ ਵਿੱਚ ਫਰਕ ਕਰਨਾ ਸਿੱਖੋ ਜੀ ਤੁਹਾਨੂੰ ਲੱਗਦਾ ਤੁਹਾਡੀ ਗੱਲਾਂ ਦਾ ਕੋਈ ਅਸਰ ਹੋਵੇਗਾ ਜੀ ਮੈਂ ਜਿੱਦਾਂ ਪਹਿਲਾਂ ਕਿਹਾ ਜੀ ਮੇਰੀ ਅਰਜ਼ ਤਾਂ ਇਹੀ ਹੈ ਕਿ ਜੇ ਇੱਕ ਬੰਦਾ ਵੀ ਕਿਤੇ ਮੇਰੀ ਗੱਲ ਨੂੰ ਸਮਝ ਜਾਂਦਾ ਹੈ ਮੇਰਾ ਜੀ ਜੀਵਨ ਸਫਲ ਹੋ ਜਾਏਗਾ ਕਿਉਂਕਿ ਅੱਗੇ ਹੋਰ ਜਿੱਦਾਂ ਲੋਕ ਨਾ ਫਸਣ ਇਸ ਚੱਕਰ 'ਚ ਉਹਨਾਂ ਦੇ ਫੈਮਲੀਜ਼ ਨਾ ਸਫਰ ਕਰਨ ਜਿੱਦਾਂ ਸਾਡੀ ਕਰ ਰਹੀ ਹੈ ਜੀ ਮਾਤਾ ਪਿਤਾ ਹੈ ਨਹੀਂ ਹਾਲਾਂਕਿ ਮਾਤਾ ਜੀ ਇਹ ਸਾਰਾ ਦੇਖ ਗਏ ਨੇ ਕਾਂਡ ਜੋ ਵੀ ਹੋਇਆ ਤੇ ਆਖਰੀ ਆਖਰੀ ਉਹਨਾਂ ਦੀ ਸਟੇਜ ਸੀਗੀ ਬਹੁਤ ਬਿਮਾਰ ਸੀਗੇ ਤੇ ਇਹਨਾਂ ਚੰਗਾ ਪੜਾਇਆ ਲਿਖਾਇਆ ਬ੍ਰਦਰ ਨੂੰ 올 ਇੰਡੀਆ ਮੈਡੀਕਲ ਤੋਂ ਕੀਤਾ ਤੇ ਬਾਕੀ ਭਾਈ ਸਾਹਿਬ ਵਾਸਤੇ ਵੀ ਇਹ ਸੁਨੇਹਾ ਇੱਕ ਹੈਗਾ ਛੋਟਾ ਜਿਹਾ ਵੀ ਜਦ ਤੱਕ ਮਾਂ ਪਿਓ ਦੇ ਕਹਨੇ ਸੀਗੇ ਉਹਨਾਂ ਦੀ ਸੇਵਾ ਤੁਸੀਂ ਕਰਦੇ ਸੀ ਉਹਨਾਂ ਨਾਲ ਜੁੜ ਕੇ ਰਹਿੰਦੇ ਸੀ ਤੁਸੀਂ ਦੁਨੀਆ 'ਚ ਹੀਰੋ ਸੀਗੇ ਤੇ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਹੁਣ ਬਾਬੇ ਨਾਲ ਜੁੜ ਕੇ ਤੁਸੀਂ ਦੇਖ ਹੀ ਲਿਆ ਉਹਦਾ ਪ੍ਰਣਾਮ ਤੇ ਪ੍ਰਕਿਰਿ ਦੇ ਪ੍ਰਕਿਰਿ ਦੇ ਜਿਹੜੇ ਤੁਸੀਂ ਨਿਯਮ ਚੇਂਜ ਕਰਨਾ ਚਾਹੁੰਦੇ ਹੋ ਨਾ ਭਾਈ ਸਾਹਿਬ ਕਦੇ ਨਹੀਂ ਹੋਏ ਨਾ ਹੋਏ ਨੇ ਨਾ ਹੋਣਗੇ ਕੋਈ ਤੁਸੀਂ ਆਪਣੇ ਬ੍ਰਦਰ ਨੂੰ ਅੱਜ ਤਿੰਨ ਸਾਲ ਨੂੰ ਕੋਈ ਮੈਸੇਜ ਜੀ ਕੁਝ ਗੱਲਾਂ ਜਿਹੜੀਆਂ ਸ਼ਾਇਦ ਮੈਂ ਪਹਿਲਾਂ ਸਮਝਾ ਨਹੀਂ ਸਕਿਆ ਜਾਂ ਮੇਰੇ ਮੈਂ ਅਸਮਰਥ ਰਿਆਂ ਉਹਨਾਂ 'ਚ ਮੈਂ ਦੁਬਾਰਾ ਉਹੀ ਗੱਲ ਕਵਾਂਗਾ ਕਿ ਜਿੱਦਾਂ ਕਿ ਤੁਸੀਂ ਭਾਈ ਸਾਹਿਬ ਕਹਿੰਦੇ ਸੀਗੇ ਦੋ ਜਹਾ ਦਾ ਮਾਲਿਕ ਹੈਂ ਜੀ ਦੋ ਜਹਾ ਕੇ ਮਾਲਿਕ ਹੈਂ ਮਾਰੇ ਪਿਤਾ ਜੀ ਆ ਜੋ ਵੀ ਹੈ ਗਿੰ ਗੱਲਾਂ ਤੇ ਫਿਰ ਉਹ ਜਦੋਂ ਪੋਲਿਟੀਕਲ ਅੱਟੀਆਂ ਸੱਟੀਆਂ ਲਾ ਰਹੇ ਸੀ ਉਹਨਾਂ ਨੂੰ ਕਿਉਂ ਨਹੀਂ ਸੀ ਪਤਾ ਵੀ ਇਹੀ ਮਤਲਬ ਇਹ ਮੇਰੇ ਅੱਗੇ ਹਸ਼ਰ ਹੋਣਾ ਹੈ ਤੇ ਜੇ ਜਿੱਦਾਂ ਦੋ ਜਹਾ ਦੇ ਮਾਲਿਕ ਹੁੰਦੇ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਈ ਸਾਰਾ ਕੁਝ ਤੇ ਇਹ ਤਾਂ ਜਿੱਦਾਂ ਕਹਿੰਦੇ ਵੀ ਅੱਟੀ ਸੱਟੀ ਲੱਗ ਰਹੀ ਸੀ ਤੇ ਅੱਟੀ ਸੱਟੀ ਚੱਲ ਗਈ ਕਿਤੇ ਕਦੇ ਫੇਲ ਹੋ ਗਈ ਉਹ ਤੇ ਪਾਵਰ ਸਟਰਗਲ ਸੀਗੀ ਹੋਰ ਕੁਝ ਨਹੀਂ ਸੀਗਾ ਤੇ ਤੁਸੀਂ ਤੇ ਸਾਡੇ ਵਰਗੇ ਜਿਹੜੇ ਹੋਰ ਪਰਿਵਾਰ ਨੇ ਉਹ ਸਾਰੇ ਗਰਸਤ ਨੇ ਰਹਿਣਗੇ ਇਦਾਂ ਚੱਲਦਾ ਰਹੇਗਾ ਕੰਮ ਤੇ ਤੁਸੀਂ ਵੀ ਸਗੋਂ ਸਾਹਮਣੇ ਆਓ ਕਾਨੂੰਨ ਦੀ ਮਦਦ ਕਰੋ ਤੇ ਸਾਹਮਣੇ ਆ ਕੇ ਲੋਕਾਂ ਨੂੰ ਹੋਰ ਲੋਕਾਂ ਨੂੰ ਸਮਝਾਓ ਜਿਹੜੇ ਹਰਲੇ ਵੀ ਹਨੇਰਾ ਢੋ ਰਹੇ ਨੇ ਮੇਰਾ ਤੁਹਾਨੂੰ ਇਹੀ ਸੁਨੇਹਾ ਹੈ ਜੀ ਨਮਸਕਾਰ ਤਾਂ ਇਹ ਜੋ ਸਾਡੇ ਨਾਲ ਇਸ ਵੇਲੇ ਸ਼ਖਸ ਮੌਜੂਦ ਨੇ ਇਹ ਖੁਦ ਗਰਸਤ ਨੇ ਇਹਨਾਂ ਦਾ ਇੱਕੋ ਇੱਕ ਭਾਈ ਸੀ ਜੋ ਡੇਰੇ ਦੇ ਨਾਲ ਲੱਗਿਆ ਤੇ ਅੱਜ 2 ਸਾਲ ਹੋ ਚੁੱਕੇ ਨੇ ਇਨਾ ਦੀ ਭਰਾ ਦਾ ਯਾਨੀ ਕਿ ਡਾਕਟਰ ਆਦਿ ਤੇ ਇਨਸਾਂ ਦਾ ਕੋਈ ਪਤਾ ਨਹੀਂ ਪੁਲਿਸ ਵੀ ਭਾਲ ਕਰ ਰਹੀ ਹੈ ਇਹ ਖੁਦ ਭਾਲ ਕਰ ਰਹੀ ਨਹੀਂ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੀਆਂ ਗਲਤੀਆਂ ਨਹੀਂ ਉਹਨਾਂ ਨੂੰ ਸਵੀਕਾਰ ਕਰੋ ਜੋ ਬਣਦੀ ਸਜ਼ਾ ਦਿੱਤੀ ਜਾਵੇਗੀ ਕਾਨੂੰਨ ਵੱਲੋਂ ਮੈਂ ਤਾਂ ਵੀ ਤੁਹਾਡੇ ਨਾਲ ਖੜਾ ਅਸੀਂ ਭਾਈ ਹਾਂ ਲੇਕਿਨ ਇੱਕ ਸੁਨੇਹਾ ਤੇ ਇਸ ਸੁਨੇਹੇ 'ਚ ਜੋ ਸਵਾਲ ਚੁੱਕੇ ਨਹੀਂ ਉਹ ਆਪਣੇ ਆਪ ਦੇ ਵਿੱਚ ਕਈ ਹੋਰ ਸਵਾਲਾਂ ਨੂੰ ਜਨਮ ਦਿੰਦੇ ਨੇ 2002 ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਡੇਰੇ ਦੇ ਖਿਲਾਫ ਕੁਸ ਤੋਂ ਬਾਦ ਹੀ ਕਿਉਂ ਸੋਸ਼ਲ ਵਰਕ ਦੇ ਲੋਕ ਭਲਾਈ ਦੇ ਕੰਮ ਡੇਰੇ ਨੂੰ ਯਾਦ ਆਉਂਦੇ ਨੇ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਹੁਣ ਵੀ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਡੇਰੇ ਦੇ ਜੋ ਲੋਕ ਨਹੀਂ ਜੋ ਬਿੱਟੂ ਦਾ ਪਰਿਵਾਰ ਹੈ ਉਸ ਵੱਲੋਂ ਹੋ ਸਕਦਾ ਹੈ ਕਿ ਜੋ ਇਹ ਸੌਦੇਬਾਜ਼ੀ ਦੀ ਗੱਲ ਹੈ ਸੁਨਾਰੀਆ ਜੀਲ ਤੋਂ ਬਰਾਤਕਾਰੀ ਰਾਮ ਰਹੀਮ ਵੱਲੋਂ ਤੋਰੀ ਗਈ ਹੋਵੇ ਪਰ ਸਚਾਈ ਕੀ ਹੈ ਇਹ ਸਮਾਂ ਦੱਸੇਗਾ ਪਰ ਫਿਲਹਾਲ ਇੱਕੋ ਹੀ ਬੇਨਤੀ ਇਨ੍ਹਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਕਿ ਸਾਡੇ ਸੂਬੇ ਦੇ ਸਾਡੇ ਦੇਸ਼ ਦੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਸ਼ਾਂਤੀ ਬਣਾਈ ਰੱਖੋ ਤੇ ਸਿਰਫ ਔਰ ਸਿਰਫ ਮਾਪਿਆਂ ਦੀ ਸੇਵਾ ਕਰੋ ਵੀਡੀਓ ਜਰਨਲਿਸਟ ਲलित ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸੈਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563